ਇਹ ਗਜ਼ਲ ਮੈਂ ਆਪਣੇ ਸਤਕਾਰਯੋਗ ਬਾਪੂ ਜੀ ਸਰਦਾ ਹਰਨਾਮ ਸਿੰਘ ਜੀ ਨੂੰ ਡੈਡੀਕੇਟ ਕਰਦਾ ਕਿ ਚਿਰ ਹੋਇਆ ਏ ਬਾਪੂ ਜੀ ਤਾਂ ਤੁਰ ਗਏ ਲੰਮੀ ਬਾਟੇ ਚੇਤੇ ਆਗੇ ਅੱਜ ਉਹਨਾਂ ਦੇ ਪੈਰ ਬੈਈਆਂ ਬਾਟੇ ਚਿਰ ਹੋਇਆ ਏ ਬਾਪੂ ਜੀ ਤਾਂ ਤੁਰ ਗਏ ਲੰਮੀ ਬਾਟੇ ਚੇਤੇ ਆਗੇ ਅੱਜ ਉਹਨਾਂ ਦੇ ਪੈਰ ਬੈਈਆਂ ਬਾਟੇ ਤੁਰਦੇ 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 ਭਾਵੇਂ ਜਾਂਦੇ ਅੱਖੀਂ ਵੇਖੇ ਪਰ ਤੇਰੇ ਵਿੱਚ ਹਾਜ਼ਰ-ਨਾਜ਼ਰ ਅੱਜ ਵੀ ਸੂਹੀ ਲਾਟੇ ਕਰ ਤੂੰ ਮੰਜ਼ਿਲ ਤੀਕ ਪਹੁੰਚਦੇ ਮਿੱਤੇ ਪਹਿਲਾਂ ਦਾ ਹੀ ਆ ਸੁਪਨੇ ਵਿੱਚ ਵੀ ਮੈਨੂੰ ਵੇਖੇ ਖੜੇ ਕਿਤੇ ਅਦਵਾਟੇ ਰਿਸ਼ਤੇ ਦੀ ਪਾਕੀਜ਼ ਦੋਰ ਨੂੰ ਧਰਮ ਦੇ ਵਾਂਗੂ ਫੜਦੇ ਮਰਦੇ ਦਮ ਤੱਕ ਡਿੱਠੇ ਹੀ ਨਹੀਂ ਗਿਣਦੇ ਘਾਟੇ ਵਾਦੇ ਅਨਪੜ੍ਹ ਸੀ ਪਰ ਸਦਾ ਆਖਦੇ ਤੇ ਸਮਝਾਉਂਦੇ ਸਾਨੂੰ ਢਿੱਡੋਂ ਇੱਕ ਨੇ ਕੁਰਸੀਆਂ ਵਾਲੇ ਟਾਟੇ ਬਿਰਲੇ ਬਾਟੇ ਨਿਰਪਉ ਤੇ ਨਿਰਵੈਰ ਜਿਸਮ ਵਿੱਚ ਰਹਿੰਦਾ ਰੱਬ ਸੀ ਉਹੀ ਕਾਲ ਮੁਕਤ ਸਮਕਾਲੀ ਬਾਬਲ ਅੱਜ ਵੀ ਬੰਦਨ ਘਾਟੇ ਅਸਲ ਨਸ਼ਾ ਤਾਂ ਕਿਰਤ ਕਮਾਈ ਜਾਗਿਓ ਰਾਖੀ ਕਰਿਓ ਚਾਤਰ-ਸ਼ਾਤਰ ਬੜਾ ਚਾਉਣਗੇ ਲਾਉਣਾ ਪੁੱਠੀ ਚਾਟੇ ਤਰਤੀ ਧਰਮ ਨਿਭਾਉਣਾ ਦੱਸਿਆ ਤੇ ਇਦਾਂ ਸਮਝਾਇਆ ਮਰਿਆਦਾ ਦੀ ਸ਼ਕਤੀ ਸੰਭੋ ਰੱਖ ਕੇ ਸਿੱਧੇ ਘਾਟੇ ਅਣਖ ਦੀ ਰੋਟੀ ਸਦਾ ਕਮਾਇਓ ਮੇਰੇ ਬਰਖਰਦਾਰੋ ਪੈਸੇ ਦੇ ਪੁੱਤ ਕਰਨ ਹਕੂਮਤ ਖੇਡਣ ਝੂਟੇ ਮਾਟੇ ਚਿਰ ਹੋਇਆ ਬਾਪੂ ਜੀ ਤਾਂ ਤੁਰ ਗਏ ਲੰਮੀ ਬਾਟੇ ਚੇਤੇ ਆ ਗਿਆ ਜਿਉਂ ਉਹਨਾਂ ਦੇ ਪੈਰ ਵਿਆਈਆਂ ਪਾਟੇ ਅਣਖ ਦੀ ਰੋਟੀ ਸਦਾ ਕਮਾਇਓ ਮੇਰੇ ਬਰਖਰਦਾਰੋ ਪੈਸੇ ਦੇ ਪੁੱਤ ਕਰਨ ਹਕੂਮਤ ਖੇਡਣ ਝੂਟੇ ਮਾਟੇ ਚਿਰ ਹੋਇਆ ਏ ਬਾਪੂ ਜੀ ਤਾਂ ਤੁਰ ਗਏ